ਸੋ ਹੈ ਗਾਈਜ਼, ਕੀ ਹਾਲ ਚਾਲ ਹੈ? ਸਭ ਤੋਂ ਪਹਿਲੀ ਸਾਰੇ ਵਧੀਆ ਹੋਵੋਗੇ। ਦੀਪ ਚਾਹਲ, ਟੈਲ ਮੀ ਗੋਡ ਵਾਈ। ਠੀਕ ਹੈ, ਰੱਬ ਨਾਲ ਗੱਲ ਕੀਤੀ ਹੈ ਕਿ ਰੱਬਾ ਕਿਉਂ ਇੱਦਾਂ ਕਿਉਂ, ਹੈ ਨਾ। ਨਵ ਬਾਈ ਦਾ ਮਿਊਜ਼ਿਕ ਆ, ਨਵ ਪ੍ਰਿੰਸ ਦਾ ਵੀਡੀਓ ਜਗਦੀਪ ਮਾਨ ਬਾਈ ਦੀ ਮਿਕਸ ਮਾਸਟਰ ਮਿਕਸ ਬੋਏ ਨੇ ਕੀਤਾ ਆ। ਨਾਮ ਕਿਹਨੇ ਕਹਿੰਦਾ ਮਿਕਸ ਬੋਏ, ਯਾ ਬੇਬੀ, ਮਤਲਬ ਕੰਮ ਹੀ ਇਹੀ ਕਰਨ ਵਾਸਤੇ ਬਾਈ ਨੇ ਨਾਮ ਰੱਖਿਆ ਹੋਣਾ ਜਵਾਨ, ਹੈ ਨਾ। ਅਤੇ G63 ਡਿਜੀਟਲ ਦਾ ਪ੍ਰਮੋਸ਼ਨ ਆ, ਲੈਟਸ ਚੈੱਕ ਇਟ। ਦੀਪ ਚਾਹਲ ਬਾਈ, ਓਕੇ, ਫਾਂਸੀਆਂ ਫੂਂਸੀਆਂ ਤੱਕ ਪਹੁੰਚ ਗਿਆ ਬਾਈ। ਯਾਰ ਇੰਨਾ ਡਿਪਰੈਸ ਨਾ ਹੋਇਆ ਕਰੋ ਯਾਰ, ਦੁਨੀਆ 'ਚ ਹਰ ਚੀਜ਼ ਪੋਸੀਬਲ ਹੈ। ਠੀਕ ਆ, ਇੱਕ ਨਾ ਸਮਾਜ ਸੁਸਾਇਟੀ ਥੋੜ੍ਹੀ ਅਸੀਂ ਇੱਦਾਂ ਦੀ ਬਣਾ ਲਈ ਆ, ਆਲੇ ਦੁਆਲੇ ਵਾਲੇ ਲੋਕ, ਜੇ ਤੁਸੀਂ ਜਮ੍ਹਾਂ ਕਿਸੇ ਦੀ ਪਰਵਾਹ ਨਾ ਕਰੋ ਨਾ, ਜ਼ਿੰਦਗੀ ਬਹੁਤ ਚੱਲਾ। ਆਪਾਂ ਤਾਂ ਛੱਡਤੀ, ਤੂੰ ਦੱਸ ਰੱਬਾ ਤੂੰ ਦੱਸ ਜਾ, ਮੈਥੋਂ ਐਡਾ ਵੀ ਕੀ ਹੋ ਗਿਆ ਗੁਨਾਹ, ਕਾਤੋਂ ਇੰਨਾ ਚੰਗਾ ਦਿੱਤਾ ਤੂੰ ਬਣਾ, ਕਿ ਮੈਂ ਆਪਣੇ ਲਈ ਬੋਲ ਨਾ ਸਕਾਂ। ਓਏ ਹੋਏ 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 ਹੋਏ, ਨਾਈਸ, ਕਿ ਮੈਂ ਆਪਣੇ ਲਈ ਹੀ ਬੋਲ ਨਾ ਸਕਾਂ, ਮਤਲਬ ਇਸ ਤਰੀਕੇ ਨਾਲ, ਹੈ ਨਾ। ਵਾਹ, ਦੱਸ ਆਪਣੇ ਕਿਉਂ ਹੋ ਗਏ ਬਗਾਨੇ, ਸਾਰਾ ਕੁਝ ਕਰਕੇ ਵੀ ਕਾਤੋਂ ਮਿਲੀ ਜਾਂਦੇ ਤਾਨੇ, ਮੈਨੂੰ ਦੱਸ ਮੈਂ ਕਿਸੇ ਦਾ ਕਦੋਂ ਮਾੜਾ ਕੀ ਐ ਕਰਿਆ ਹੈ ਅੰਦਰੋਂ, ਮੈਂ ਇੰਨਾ ਜ਼ਿਆਦਾ ਸਹਿਮਿਆ ਤੇ ਡਰਿਆ ਕਿਉਂ, ਤੂੰ ਹੀ ਦੱਸ ਰੱਬਾ ਤੂੰ ਹੀ ਦੱਸ ਜਾ, ਮੈਥੋਂ ਐਡਾ ਵੀ ਕੀ ਹੋ ਗਿਆ ਗੁਨਾਹ, ਕਦੋਂ ਇੰਨਾ ਚੰਗਾ ਦਿੱਤਾ ਤੂੰ ਬਣਾ, ਮਿਲੀ ਆਪਣਾ ਕੋਈ ਬਣ ਚੱਟ ਲਵੇ ਆਪਣਾ, ਇੰਨਾ ਕਾਤੋਂ ਪੈ ਜਾਂਦਾ ਪਿਆਰ ਸਭਨਾ। ਓਏ ਹੋਏ ਹੋਏ ਬਾਈ, ਇਹਦਾ ਦਿਲ ਦੀ ਗੱਲ ਕਰਤੀ, ਹੈ ਨਾ ਯਾਰ, ਸਭ ਨਾਲ ਇੰਨੇ ਚੰਗੇ ਤਰੀਕੇ ਨਾਲ ਮਿਲ ਲਈਦਾ। ਜਿਹਦੇ ਜਿਹਦੇ ਨਾਲ ਸਾਂਝ ਕੀਤੇ ਜਜ਼ਬਾਤ, ਉੱਥੇ ਉੱਥੇ ਲਈ ਐ ਮੈਂ ਕਦਰ ਗਵਾ, ਕਾਦੋਂ ਕੰਮ ਨਾਲ ਕੰਮ ਵਾਲਾ ਰੱਖਾਂ ਨਾ ਹਿਸਾਬ, ਹਰ ਇੱਕ ਕੋਲੇ ਦੱਸਦਾ ਕਿ ਦਿਲ ਦੇ ਖਵਾਬ, ਦਿਲ ਕਹਿ ਕੇ ਦਿਲੋਂ ਦੱਸ ਚੱਲਦਾ ਮੈਂ ਕਾਤੋਂ, ਹੋਏ ਲੋਕਾਂ ਵਾਂਗੂ ਮੇਰੇ ਕੋਲੋਂ ਲੱਗੇ ਨਾ ਦਿਮਾਗ। ਯਾਰ ਬਹੁਤ ਬਹੁਤ ਡੀਪ ਗੱਲਾਂ ਕਰ ਰਿਹਾ, ਬਹੁਤ ਸਿੰਪਲ ਤਰੀਕੇ ਨਾਲ ਦੀਪ ਬਾਈ। ਕਿਉਂ ਤੂੰ ਹੀ ਦੱਸ ਰੱਬਾ ਤੂੰ ਹੀ ਦੱਸ ਜਾ, ਮੈਥੋਂ ਐਡਾ ਵੀ ਕੀ ਹੋ ਗਿਆ ਗੁਨਾਹ, ਕਾਤੋਂ ਇੰਨਾ ਚੰਗਾ ਦਿੱਤਾ ਤੂੰ ਬਣਾ, ਕਿ ਰੱਬ ਨਾਲ ਗੱਲ ਕਰ, ਰੱਬਾ ਤੂੰ ਇੰਨਾ ਚੰਗਾ ਕਿਉਂ ਬਣਾਤਾ ਮੈਨੂੰ, ਕਿਉਂ, ਮਤਲਬ ਮੈਂ ਲੋਕਾਂ ਦੀਆਂ ਇੱਕ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਰਿਹਾ, ਹੈ ਨਾ, ਲੋਕਾਂ ਦੇ ਮਾੜੀਆਂ ਚੀਜ਼ਾਂ ਦਾ ਸ਼ਿਕਾਰ ਹੋ ਰਿਹਾ, ਅਤੇ ਮੈਥੋਂ ਕਿਸੇ ਦਾ ਸ਼ਿਕਾਰ ਕੀਤਾ ਵੀ ਨਹੀਂ ਜਾ ਰਿਹਾ। ਉਹ ਕਹਿੰਦੇ ਆ ਨਾ ਯਾਰ ਕਿ ਚੰਗੇ ਦੁਨੀਆਂ 'ਚ ਕੁਛ ਚੰਗੇ ਲੋਕ ਵੀ ਨੇ, ਕਦੀ ਕਦੀ ਇੱਦਾਂ ਲੱਗਦਾ ਕਿ ਯਾਰ ਸ਼ਾਇਦ ਹਰ ਇੱਕ ਬੰਦਾ ਚੰਗਾ, ਹਰ ਬੰਦਾ ਮਾੜਾ, ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦੀ ਸਟੋਰੀ ਦੇ ਵਿੱਚ। ਠੀਕ ਆ, ਕਿਸੇ ਦੀ ਸਟੋਰੀ ਤੁਸੀਂ ਬਹੁਤ ਚੰਗੇ ਹੋ, ਕਿਸੇ ਦੀ ਸਟੋਰੀ ਤੁਸੀਂ ਮਾੜੇ ਹੋ, ਸੋ ਇਹੀ ਸਿਸਟਮ ਚੱਲਦਾ ਰਹਿੰਦਾ ਕਿ ਇਨ ਸ਼ੋਰਟ ਫੋਰਮ ਤੁਹਾਨੂੰ ਮੈਂ ਕਹਾਂ ਨਾ, ਸ਼ਾਇਦ ਕਿਤੇ ਨਾ ਕਿਤੇ ਆਪਾਂ ਹੀ ਚੰਗੇ ਹਾਂ ਇਸ ਦੁਨੀਆਂ ਦੇ ਵਿੱਚ, ਅਤੇ ਆਪਾਂ ਹੀ ਮਾੜੇ ਹਾਂ ਇਸ ਦੁਨੀਆਂ ਦੇ ਵਿੱਚ। ਬਸ ਮੈਟਰ ਕਰਦਾ ਕਿ ਕਿਹੜਾ ਲੋਕ ਤੁਹਾਨੂੰ, ਕਿਹੜੇ ਬੰਦਾ ਤੁਹਾਨੂੰ ਕਿਵੇਂ ਸੋਚ ਰਿਹਾ ਲੈ ਕੇ, ਬਸ। ਸਿੰਪਲ ਹੈ ਨਾ, ਸੂਦਿੰਗ ਜਾਂ ਮਿਊਜ਼ਿਕ ਜਿਵੇਂ। ਕਿਉਂ ਸਭ ਦਾ ਮੈਂ ਸੋਚਾਂ, ਕੋਈ ਮੇਰਾ ਕਿਉਂ ਨਾ ਸੋਚੇ, ਮੈਨੂੰ ਲੁੱਟਣ ਦਾ ਲੋਚੇ, ਮੈਨੂੰ ਸੁੱਟਣ ਦਾ ਲੋਚੇ, ਮੇਰੇ ਆਲੇ ਦਾਲੇ ਲੱਖ ਪਰ ਇੱਕ ਵੀ ਨਹੀਂ ਹੱਥ, ਜਿਹੜਾ ਡਿੱਗਦੇ ਨੂੰ ਬੋਚੇ, ਹਰ ਡਿੱਗਦੇ ਨੂੰ ਬੋਚੇ, ਮੈਨੂੰ ਤੂੰ ਹੀ ਐ ਬਣਾਇਆ, ਮੈਂ ਤੈਨੂੰ ਹੀ ਐ ਕਹਿਣਾ, ਹੁਣ ਔਖਾ ਹੋਇਆ ਪਿਆ ਮੇਰੇ ਲਈ ਇਹ ਸਹਿਣਾ, ਖੌਰੇ ਮਿਲ ਜੇ ਸਕੂਨ ਮੌਤ ਅੱਗੇ ਹਰ ਜਾਂ, ਪਤਾ ਕਿਸੇ ਨੂੰ ਨਾ ਲੱਗੇ ਤੇ ਮੈਂ ਮਰ ਜਾਂ, ਮੇਰੇ ਗੀਤ ਰੱਖਣਗੇ ਮੇਰੇ ਮਾਂ ਪਿਓ ਦਾ ਖਿਆਲ, ਹੈ ਲੱਭੇ ਤੇ। ਨਾ ਬਾਈ ਨਾ ਬਾਈ ਨਾ, ਇੱਦਾਂ ਦਾ ਕੁਝ ਨਹੀਂ ਯਾਰ,
ਕੁਛ ਨਹੀਂ ਰੱਖਦੇ, ਕੋਈ ਗੀਤ ਕੋਈ ਚੀਜ਼ ਕਿਸੇ ਤਰੀਕੇ ਨਾਲ ਮਾਂ ਪਿਓ ਦਾ ਖਿਆਲ ਉਵੇਂ ਨਹੀਂ ਰੱਖ ਸਕਦੀ ਭਰਾ ਜਿਵੇਂ ਤੂੰ ਰੱਖ ਸਕਦਾ, ਠੀਕ ਹੈ, ਜਾਂ ਜਿਵੇਂ ਆਪਾਂ ਸਾਰੇ ਰੱਖ ਸਕਦੇ ਨੇ ਆਪਣੇ ਮਾਂ ਪਿਓ ਦਾ ਖਿਆਲ। ਕੋਈ ਵੀ ਮੇਰਾ ਭਰਾ ਭੈਣ ਦੇਖਦਾ ਇਸ ਵੀਡੀਓ ਨੂੰ, ਠੀਕ ਹੈ ਗਾਈਜ਼, ਕੋਈ ਦੁਨੀਆ ਦੇ ਵਿੱਚ ਐਸੀ ਚੀਜ਼ ਨਹੀਂ ਹੈਗੀ ਜਿਹੜੀ ਤੁਹਾਨੂੰ ਮਰਨ 'ਤੇ ਮਜਬੂਰ ਕਰਦੇ ਸਿਵਾਏ ਤੁਹਾਡੇ ਖੁਦ ਦੇ ਬੈਡ ਥੋਟਸ, ਠੀਕ ਆ। ਕਿਤੇ ਕਿੰਨਾ ਵੀ ਘਾਟਾ ਖਾ ਲਿਆ, ਕਿਤੇ ਕੁਝ ਵੀ ਹੋ ਲਿਆ, ਸਟਿਲ ਇੱਕ ਨਵੀਂ ਸ਼ੁਰੂਆਤ ਹੋ ਸਕਦੀ ਹੈ। ਜਸਟ ਬੰਦਾ ਪਤਾ ਕਿਸ ਚੀਜ਼ ਤੋਂ ਹਾਰਦਾ ਹੈ, ਬੰਦਾ ਆਪਣੇ ਸਟੇਟਸ ਤੋਂ ਹਾਰਦਾ ਕਿ ਯਾਰ ਮੈਂ ਇੰਨਾ ਕੁਛ ਬਣਾ ਲਿਆ ਸੀ ਮੈਂ ਜ਼ੀਰੋ ਹੋ ਗਿਆ। ਕਈ ਲੋਕ ਐਸੇ ਨੇ ਕਿ ਉਹਨਾਂ ਕੋਲ ਕੁਝ ਨਹੀਂ ਹੈਗਾ, ਉਹ ਅਤੇ ਉਹ ਉਹਨਾਂ ਨੇ ਕੁਝ ਨਹੀਂ ਦੇਖਿਆ ਜ਼ਿੰਦਗੀ ਦੇ ਵਿੱਚ ਅਤੇ ਉਹ ਸਟਿਲ ਹਾਰੇ ਬੈਠੇ ਨੇ, ਠੀਕ ਆ। ਲਾਈਕ ਕਿਉਂ ਕਿਉਂ ਯਾਰ ਕਿਉਂ, ਠੀਕ ਆ, ਇੰਨਾ ਕੁਝ ਆਲੇ ਦੁਆਲੇ, ਠੀਕ ਹੈ। ਪੜ੍ਹੋ ਲਿਖੋ ਵਧੀਆ ਤਰੀਕੇ ਨਾਲ, ਹੈ ਨਾ, ਆਪਣਾ ਟਾਈਮ ਯੂਟੀਲਾਈਜ਼ ਕਰੋ, ਪੜ੍ਹੋ ਲਿਖੋ। ਇਨ ਦਾ ਸੈਂਸ ਮੈਂ ਇੱਕ ਕਿਤਾਬੀ ਟੱਟੂ ਹੁੰਦਾ ਨਾ, ਰੱਟੇ ਮਾਰ ਜਾ ਉਦੋਂ ਦਾ ਬੰਦਾ ਨਹੀਂ ਬਣਨਾ, ਨੌਲੇਜ ਲੈਣੀ ਆ, ਸਿੱਖਣਾ ਸਮਝਣਾ ਚੀਜ਼ ਨੂੰ, ਹੈ ਨਾ, ਅਤੇ ਉਹ ਉਹ ਚੀਜ਼ ਕਰਨਾ। ਦੇਖੋ ਅਲਜੈਬਰੇ ਜੁਬਰੇ ਜੇ ਮੇਰੇ ਤਾਂ ਜ਼ਿੰਦਗੀ 'ਚ ਕਦੀ ਕੰਮ ਆਏ ਨਹੀਂ, ਮੈਂ ਉਹਨਾਂ ਚੀਜ਼ਾਂ ਦੀ ਪੜ੍ਹਾਈ ਦੀ ਗੱਲ ਨਹੀਂ ਕਰਦਾ, ਮੈਂ ਦੁਨੀਆ ਸਿੱਖੋ, ਦੁਨੀਆਦਾਰੀ ਸਿੱਖੋ, ਕਿੱਥੇ ਵਰਤਿਆ ਜਾਣਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ। ਐਵੇਂ ਨਹੀਂ ਕੋਈ ਵੀ ਤੁਹਾਨੂੰ ਵਰਤ ਜਾਵੇ, ਅਤੇ ਕਿਸੇ ਨੂੰ ਵਰਤਣ ਦੀ ਲੋੜ ਨਹੀਂ ਦੁਨੀਆ ਦੇ ਵਿੱਚ। ਆਹ ਮੋਢੇ ਦਿੱਤੇ, ਮੋਢਿਆਂ 'ਤੇ ਬਾਹਾਂ ਦਿੱਤੀਆਂ, ਹੱਥ ਦਿੱਤੇ ਆ ਨਾ, ਦੋ ਦੋ ਥੱਲੇ ਦੋ ਪੈਰ ਨੇ, ਦਿਮਾਗ ਆ, ਅੱਖਾਂ, ਕੰਨ, ਸਭ ਠੀਕ ਠਾਕ ਆ, ਅਤੇ ਬਹੁਤ ਕੁਛ ਹੋ ਸਕਦਾ। ਲੋਕ ਯਾਰ ਪੇਪਰਾਂ 'ਚ ਜਾਂ ਐਂਟਰੈਂਸ ਇਗਜ਼ਾਮ 'ਚ ਪਾਸ ਨਾ ਹੋ ਸਕਣ ਤਾਂ ਸੁਸਾਈਡ ਕਰ ਜਾਂਦੇ ਆ, ਸੀਰੀਅਸਲੀ ਯਾਰ, ਦੁਨੀਆ 'ਚ ਹੋਰ ਕੁਝ ਨਹੀਂ ਹੈਗਾ। ਤੇ ਮੈਂ ਮਰ ਜਾ ਮੇਰੇ ਗੀਤ ਰੱਖਣਗੇ ਮੇਰੇ ਮਾਂ ਪਿਓ ਦਾ ਖਿਆਲ, ਹੇ ਲੱਭੇ ਤੇ ਵੀ ਲੱਭੇ ਨਾ ਕਿਸੇ ਨੂੰ ਦੀਪ ਚਾਲ ਕਿਉਂ, ਤੂੰ ਹੀ ਦੱਸ ਰੱਬਾ ਤੂੰ ਹੀ ਦੱਸ ਜਾ ਮੈਥੋਂ ਐਡਾ ਵੀ ਕੀ ਹੋਵੇ ਆ ਗੁਨਾ ਕਾਤੋਂ ਇੰਨਾ ਚੰਗਾ। ਕਿੰਨੀ ਸੋਹਣੀ ਚੀਜ਼ ਕਹੀ, ਖੁਦ ਨੂੰ ਖੁਦ ਤੋਂ ਹੀ ਤੁਸੀਂ ਜਿੱਤ ਸਕਦੇ ਹੋ। ਦਿੱਤਾ ਤੂੰ ਬਣਾ ਲੇਖ ਆ ਕੇ, ਲੇਖ ਆਪਣਾ ਦੁੱਖ ਲੇਖ ਉਹਨੂੰ ਬਾਹਰ ਕੱਢ ਦੇ। Tell me God, why? Violin, nice yaar. ਦੁਨੀਆ ਜਿੱਤਣ ਵਾਲੇ ਕਦੇ ਹਾਰਿਆ ਨਹੀਂ ਕਰਦੇ, ਜਿਨ੍ਹਾਂ ਲਈ ਲੋਕ ਮਰ ਮਿਟ ਸਕਦੇ ਹੋਣ ਉਹ ਮਰਿਆ ਨਹੀਂ ਕਰਦੇ। ਤੁਹਾਡੇ ਆਲੇ ਦੁਆਲੇ ਮਾਂ ਪਿਓ ਹੈਗੇ ਤੁਹਾਡੇ ਵਾਸਤੇ ਮਰ ਮਿਟਣ ਨੂੰ, ਠੀਕ ਹੈ, ਉਹ ਤੁਹਾਡੀ ਜਾਨ ਵਾਰ ਦਾ ਤੁਹਾਡੇ ਵਾਸਤੇ ਉਹਨੇ ਕਦੀ ਮਾਂ ਨੂੰ ਬਹਿ ਕੇ ਪੁੱਛੀ ਕਿ ਮਾਂ ਇੱਦਾਂ ਮਤਲਬ ਕਿਉਂ ਕਿਉਂ ਮਤਲਬ ਮੇਰੇ ਨਾਲ ਇੱਦਾਂ ਹੋ ਰਿਹਾ ਦੁਨੀਆ ਦੇ ਵਿੱਚ, ਤੈਨੂੰ ਹਰ ਗੱਲ ਦਾ ਜਵਾਬ ਦਊਗੀ। ਆਪਣੇ ਮਾਂ ਪਿਓ ਨਾਲ ਅਸੀਂ ਗੱਲ ਹੀ ਨਹੀਂ ਕਰਦੇ, ਠੀਕ ਆ, ਪਿਓ ਤੈਨੂੰ ਗਾਲਾਂ ਕੱਢਦਾ, ਉਸ ਪਿਓ ਨਾਲ ਬਹਿ ਕੇ ਗੱਲ ਕਰਕੇ, ਬਾਪੂ 10 ਮਿੰਟ ਮੇਰੇ ਨਾਲ ਬਹਿ, ਮੈਂ ਤੇਰੇ ਨਾਲ ਕੋਈ ਗੱਲ ਕਰਨੀ, ਚੰਗੀ ਤਰ੍ਹਾਂ ਉਹਦੇ ਨਾਲ ਬਹਿ ਕੇ ਗੱਲ ਕਰ। ਬਾਹਰ ਦੁਨੀਆ ਦੀਆਂ ਗੱਲਾਂ 'ਚ ਨਾ ਹੋ ਜਾਂ ਦੁਨੀਆ ਦੀ ਸਲਾਹਾਂ ਲੈਣ ਤੋਂ ਪਹਿਲਾਂ ਉਹਨਾਂ ਨੂੰ ਪੁੱਛੋ ਜਿਹਨਾਂ ਨਾਲ ਤੁਹਾਨੂੰ ਜੰਮਿਆ, ਉਹਨਾਂ ਨੂੰ ਪਤਾ ਹੋਣੀ ਚਾਹੀਦੀ ਤੁਹਾਡੀ ਸਟੇਟ ਆਫ ਮਾਇੰਡ ਕੀ ਚੱਲ ਰਹੀ ਆ, ਠੀਕ ਆ। ਅਤੇ ਆਈ ਹੋਪ ਤੁਸੀਂ ਸਾਰਿਆਂ ਨੇ ਇਸ ਚੀਜ਼ ਨੂੰ ਸਮਝੋਗੇ, ਗਲਤ ਰਸਤਾ ਨਹੀਂ ਚੱਕੋਗੇ ਕਦੀ। ਬਹੁਤ ਬਹੁਤ ਜ਼ਿਆਦਾ ਰਾਹ ਨੇ ਯਾਰ, ਇੱਕ ਨਹੀਂ ਫੜ ਹੁੰਦਾ ਦੂਜਾ ਫੜੋ, ਦੂਜਾ ਨਹੀਂ ਫੜ ਹੁੰਦਾ ਤੀਜਾ ਫੜੋ। ਜੇ ਵਿਆਹ ਵੀ ਹੋ ਗਿਆ ਨਾ ਤਾਂ ਆਪਣੇ ਪਾਰਟਨਰ ਨੂੰ ਬਹਿ ਕੇ ਸਮਝਾਓ ਕਿ ਦੇਖ ਆ ਜ਼ਿੰਦਗੀ 'ਚ ਸਿਆਪੇ ਚੱਲ ਰਹੇ ਨੇ, ਜੇ ਆਪਾਂ ਇੱਦਾਂ ਥੋੜ੍ਹਾ ਚੇਂਜ ਕਰਕੇ ਦੇਖ ਲਈਏ, ਹੇਰਾ ਫੇਰੀਆਂ ਵਾਲੇ ਕੰਮ ਨਹੀਂ ਕਰਨੇ, 2 ਨੰਬਰੀਆਂ 3 ਨੰਬਰੀਆਂ ਵਾਲੇ ਸਿਆਪੇ, ਠੀਕ ਆ, ਚੰਗੇ ਤਰੀਕੇ ਨਾਲ ਸ਼ੁਰੂਆਤਾਂ ਕਰੋ, ਬਾਰ ਬਾਰ ਸ਼ੁਰੂਆਤਾਂ ਕਰੋ। ਜਿੱਦਣ ਉਹਨੇ ਬਾਂਹ ਫੜ ਲਈ ਨਾ, ਉਹ ਪਿਛਲੇ 20 ਸਾਲਾਂ ਦਾ ਘਾਟਾ ਵੀ 1 ਸਾਲ 'ਚ ਪੂਰਾ ਕਰ ਦੂ, ਠੀਕ ਆ। ਰੱਬ ਇੰਨੀ ਤਾਕਤ ਰੱਖਦਾ ਆਪਣੀ ਮਿਹਨਤ ਕਰ, ਦੈਟਸ ਇਟ, ਇਨਸਾਨਾਂ ਸਿਰਫ ਮਿਹਨਤ ਕਰ, ਇਹ ਸੁਸਾਇਟੀ ਦੀ ਸੁਣਨ ਦੀ ਲੋੜ ਨਹੀਂ, ਇਹ ਸੁਸਾਇਟੀ ਸਾਡੇ ਵਰਗੀ ਹੈ, ਉਹ ਆਪਣੇ ਖੁਦ ਦੇ ਡਰ ਲੁਕਾਉਂਦੇ ਨੇ ਤੁਹਾਨੂੰ ਸੁਣਾ ਸੁਣਾ ਕੇ।
ਫੋਨ ਨੂੰ ਟੋਂਟ ਮਾਰ ਕੇ, ਉਹਨਾਂ ਦੇ ਆਪਣੇ ਅੰਦਰ ਡਰ ਹੁੰਦੇ ਸਾਲਿਆਂ ਦੇ। ਠੀਕ ਆ, ਸਤਿ ਸ਼੍ਰੀ ਅਕਾਲ।